ਪਨੀਰ ਦੀ ਸਬਜ਼ੀ ਤਾਂ ਹਰ ਕਿਸੇ ਦੀ ਫੇਵਰਿਟ ਹੁੰਦੀ ਹੈ ਔਰ ਪਨੀਰ ਦੀਆਂ ਤੁਸੀਂ ਬਹੁਤ ਸਾਰੀਆਂ ਵੈਰਾਈਟੀਆਂ ਵੀ ਖਾਧੀਆਂ ਹੋਣਗੀਆਂ ਪਰ ਅਗਰ ਤੁਸੀਂ ਆਪਣੀ ਫੈਮਲੀ ਦੇ ਨਾਲ ਰੈਸਟੋਰੈਂਟ ਵਿੱਚ ਜਾ ਕੇ ਪਨੀਰ ਕੋਲਾਪੂਰੀ ਨਹੀਂ ਟਰਾਈ ਕੀਤਾ ਨਾ ਗਾਇਸ ਫਿਰ ਇਹਨੂੰ ਜਰੂਰ ਇੱਕ ਵਾਰੀ ਘਰ ਬਣਾ ਕੇ ਰੈਡੀ ਕਰਕੇ ਟਰਾਈ ਕਰੋ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਸੋ ਚਲੋ ਅੱਜ ਅਸੀਂ ਬਣਾਵਾਂਗੇ ਪਨੀਰ ਕੋਲਾਪੂਰੀ ਦੀ ਰੈਸਿਪੀ ਚਲੋ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਸਾਰੇ ਪਨੀਰ ਨੂੰ ਟ੍ਰਾਇੰਗਲ ਸ਼ੇਪ ਵਿੱਚ ਚੌਪ ਕਰ ਲਿਆ ਤੁਸੀਂ ਆਪਣੇ ਮਰਜ਼ੀ ਅਨੁਸਾਰ ਉਹਨੂੰ ਚੌਪ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ ਬਲੈਕ ਪੀਪਰ ਐਡ ਹਲਦੀ ਐਡ ਕੀਤੀ ਹੈ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਪਨੀਰ ਵਿੱਚ ਮਿਕਸ ਕਰ ਦਾਂਗੇ ਤੇ ਇਸੇ ਤਰੀਕੇ ਨੂੰ ਮੈਰੀਨੇਟ ਕਰਕੇ ਤੇ ਇੱਕ ਸਾਈਡ ਤੇ ਰੱਖ ਦਾਂਗੇ ਜਦੋਂ ਇਸ ਤਰੀਕੇ ਅਸੀਂ ਕੱਚੇ ਪਨੀਰ ਦੇ ਉੱਤੇ ਸਪਾਈਸਿਸ ਲਗਾ ਕੇ ਗਰੇਵੀ ਵਿੱਚ ਪਨੀਰ ਐਡ ਕਰਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਪਨੀਰ ਅਗਰ ਤੁਸੀਂ ਪਨੀਰ ਨੂੰ ਰੋਸਟ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਸਪਾਈਸਿਸ ਲਗਾਉਣ ਤੋਂ ਬਾਅਦ ਉਹ ਵੀ ਕਰ ਸਕਦੇ ਹੋ ਆਪਸ਼ਨਲ ਹੈ ਲੇਕਿਨ ਅਸੀਂ ਰੋਸਟ ਕਰਕੇ ਨਹੀਂ ਪਾਣਾ ਇਸੇ ਤਰੀਕੇ ਸਪਾਈਸਿਸ ਲਗਾ ਕੇ ਹੀ ਗਰੇਵੀ ਵਿੱਚ ਐਡ ਕਰਨਾ ਹੈ ਸੋ ਇੱਥੇ ਸਾਡਾ ਪਨੀਰ ਸਾਰਾ ਮੈਰੀਨੇਟ ਹੋ ਗਿਆ ਹੈ ਹੁਣ ਅਸੀਂ ਕਰਦੇ ਹਾਂ ਪੈਨ ਵਿੱਚ ਆਇਲ ਐਡ ਇੱਥੇ ਅਸੀਂ ਹੋ ਜਾਏਗਾ ਤੇ ਇਹਦੇ ਵਿੱਚ ਮੈਂ 2 ਟੇਬਲस्पून ਸੁੱਕਾ ਧਨੀਆ ਐਡ ਕੀਤਾ ਹੈ ਔਰ 1/2 ਟੇਬਲस्पून ਜੀਰਾ ਐਡ ਕੀਤਾ ਹੈ ਨਾਲ ਅਸੀਂ ਦੋ ਸੁੱਕੀਆਂ ਲਾਲ ਮਿਰਚਾਂ ਉਹਨਾਂ ਨੂੰ ਤੋੜ ਕੇ ਤੇ ਇਹਦੇ ਵਿੱਚ ਐਡ ਕੀਤਾ ਹੈ ਹੁਣ ਕੁਝ ਖੜੇ ਮਸਾਲੇ ਅਸੀਂ ਇਹਦੇ ਵਿੱਚ ਐਡ ਕਰਾਂਗੇ ਦੋ ਲੌਂਗ ਦੋ ਹਰੀਏ ਇਲਾਚੀਆਂ ਕਾਲੀ ਮਿਰਚੀ ਸਾਬਤ ਔਰ ਥੋੜੀ ਜੀ 1 ਇੰਚ ਦਾਲਚੀਨੀ ਇਹਦੇ ਵਿੱਚ ਅਸੀਂ ਐਡ ਕੀਤੀ ਹੈ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰਾਂਗੇ 2 ਮਿੰਟ ਤੱਕ ਉਸ ਤੋਂ ਬਾਅਦ ਇਹਦੇ ਵਿੱਚ ਮੈਂ 2 ਟੇਬਲस्पून ਧਿਲ ਐਡ ਕੀਤੇ ਨੇ ਇਹਦੇ ਨਾਲ ਗਰੇਵੀ ਵਿੱਚ ਬਹੁਤ ਜ਼ਿਆਦਾ ਅੱਛਾ ਟੇਸ ਆਂਦਾ ਹੈ ਇਹਦੀ ਇੱਕ ਅਸੀਂ ਪੇਸਟ ਬਣਾ ਕੇ ਰੈਡੀ ਕਰਨੀ ਹੈ ਇਹਨੂੰ ਅਸੀਂ ਹਲਕਾ ਹੀ ਰੋਸਟ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ 2 ਟੇਬਲस्पून ਫਰੈਸ਼ ਮਲਾਈ ਐਡ ਕਰਨੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਮਿਕਸ ਕਰਕੇ 2 ਮਿੰਟ ਤੱਕ ਅਸੀਂ ਰੋਸਟ ਕਰਾਂਗੇ ਜਦੋਂ ਅਸੀਂ ਇਹਦੇ ਵਿੱਚ ਮਲਾਈ ਐਡ ਕਰਾਂਗੇ ਤੇ ਇਹਨੂੰ ਅਸੀਂ ਹਾਈ ਫਲੇਮ ਤੇ ਨਹੀਂ ਰੋਸਟ ਕਰਨਾ ਲੋ ਫਲੇਮ ਤੇ ਹੀ ਰੋਸਟ ਕਰਨਾ ਹੈ ਔਰ ਸਿਰਫ ਹਲਕਾ ਹਲਕਾ ਰੋਸਟ ਕਰਨਾ ਹੈ ਬਹੁਤ ਜ਼ਿਆਦਾ ਨਹੀਂ ਕਰਨਾ ਤੁਸੀਂ ਇਹਦੇ ਵਿੱਚ ਕਾਜੂ ਵੀ ਐਡ ਕਰ ਸਕਦੇ ਹੋ ਆਪਸ਼ਨਲ ਹੈ ਲੇਕਿਨ ਅੱਜ ਅਸੀਂ ਕਾਜੂ ਨਹੀਂ ਐਡ ਕੀਤੇ ਕਿਉਂਕਿ ਤੇਲ ਦਾ ਟੇਸਟ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਇਸ ਕਰਕੇ ਤੇਲ ਐਡ ਕੀਤੇ ਆ ਸੋ ਹੁਣ ਇਹਨਾਂ ਨੂੰ ਅਸੀਂ ਠੰਡਾ ਕਰਨ ਲਈ ਰੱਖ ਲਿਆ ਅਸੀਂ ਸੀ 3 ਤੋਂ 4 ਟੇਬਲस्पून ਪਾਣੀ ਐਡ ਕੀਤਾ ਹੈ ਵਧੀਆ ਜੀ ਪੇਸਟ ਬਣਾ ਕੇ ਰੈਡੀ ਕਰਨ ਲਈ ਹੁਣ ਅਸੀਂ ਇਹਨੂੰ ਗ੍ਰाइंड ਕਰ ਲੈਣੇ ਆ ਚੰਗੀ ਤਰ੍ਹਾਂ ਜਿਹੜੇ ਅਸੀਂ ਤੇਲ ਇਹਦੇ ਵਿੱਚ ਐਡ ਕੀਤੇ ਆ ਨਾ ਗਾਇਸ ਕੋਲਾਪੂਰੀ ਪਨੀਰ ਵਿੱਚ ਮੇਨ ਇਨਗਰੀਡੀਐਂਟ ਹੀ ਤੇਲ ਲਗਾਵਾ ਉਹਦਾ ਹੀ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਸੋ ਇੱਥੇ ਦੇਖ ਸਕਦੇ ਹੋ ਕਿੰਨੀ ਥਿੱਕ ਸਾਡੀ ਪੇਸਟ ਬਣ ਕੇ ਰੈਡੀ ਹੋਈ ਹੈ ਇਸੇ ਤਰੀਕੇ ਦੀ ਥਿੱਕ ਪੇਸਟ ਬਣਾ ਕੇ ਰੈਡੀ ਕਰਨੀ ਹੈ ਪਤਲੀ ਨਹੀਂ ਕਰਨਾ ਪੇਸਟ ਨੂੰ ਹੁਣ ਅਸੀਂ ਕਰਦੇ ਆਂ ਦੂਸਰੀ ਪੇਸਟ ਦੀ ਤਿਆਰੀ ਉਹਦੇ ਵਿੱਚ ਅਸੀਂ 5 ਤੋਂ 6 ਪਦਾਮ ਐਡ ਕੀਤੇ ਨੇ ਔਰ ਤਿੰਨ ਟਮਾਟਰ ਐਡ ਕੀਤੇ ਨੇ ਔਰ ਤਿੰਨ ਚਾਰ ਹਰੀਆਂ ਮ ਰੈਡੀ ਕਰ ਲੈਨੇ ਆ ਮੈਂ ਇੱਥੇ ਵੱਡੇ ਸਾਈਜ਼ ਦੇ ਤਿੰਨ ਟਮਾਟਰ ਚੌਪ ਕਰਕੇ ਐਡ ਕੀਤੇ ਨੇ ਅਗਰ ਤੁਸੀਂ ਛੋਟੇ ਟਮਾਟਰ ਯੂਜ਼ ਕਰ ਰਹੇ ਹੋ ਤਾਂ ਤੁਸੀਂ 4 ਤੋਂ 5 ਟਮਾਟਰ ਯੂਜ਼ ਕਰ ਸਕਦੇ ਹੋ ਮੇਨ ਟੇਸਟ ਹੀ ਇਨਾਂ ਦੋਨਾਂ ਚੀਜ਼ਾਂ ਦੇ ਨਾਲ ਆਏਗਾ ਕੋਲਾਪੂਰੀ ਪਨੀਰ ਵਿੱਚ ਹੁਣ ਬਾਕੀ ਦੇ ਇਨਗਰੀਡੀਐਂਟਸ ਤੇ ਬਾਕੀ ਜਿਤਨਾ ਨਾਰਮਲ ਪਨੀਰ ਬੰਦੇ ਉਸੇ ਤਰੀਕੇ ਹਰ ਇੱਕ ਚੀਜ਼ ਦਾ ਤੜਕਾ ਲੱਗਦਾ ਹੈ ਸੋ ਬਾਕੀ ਸਪਾਈਸਿਸ ਸਾਰੀਆਂ ਅਸੀਂ ਸੇਮ ਹੀ ਪਾਣੀਆਂ ਨੇ ਸਭ ਤੋਂ ਪਹਿਲਾਂ ਅਸੀਂ ਪੈਨ ਵਿੱਚ 4 ਟੇਬਲस्पून ਆਇਲ ਐਡ ਕੀਤਾ ਹੈ ਉਹਦੇ ਵਿੱਚ 1 ਟੇਬਲस्पून ਬਟਰ ਐਡ ਕੀਤਾ ਹੈ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਜਦੋਂ ਗਰਮ ਹੋ ਜਾਣਗੀਆਂ ਫਿਰ ਦੋ ਸ ਐਡ ਕੀਤਾ ਹੈ ਇਹਨਾਂ ਨੂੰ 2 ਕਮਿੰਟ ਤੱਕ ਰੋਸਟ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਲਸਣ ਔਰ ਅਦਰਕ ਦੜਫੜ ਕੁੱਟ ਕੇ ਐਡ ਕੀਤਾ ਹੈ 2 ਟੇਬਲस्पून ਤੁਸੀਂ ਚਾਹੋ ਤੇ ਅਦਰਕ ਲਸਣ ਦੀ ਪੇਸਟ ਵੀ ਐਡ ਕਰ ਸਕਦੇ ਹੋ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰਾਂਗੇ ਜਿੰਨੀ ਦੇਰ ਤੱਕ ਅਦਰਕ ਲਸਣ ਚ ਖੁਸ਼ਬੂ ਨਹੀਂ ਆਏਂਦੀ ਵਧੀਆ ਸੋ ਇੱਥੇ ਅਦਰਕ ਲਸਣ ਵੀ ਪੱਕ ਚੁਕਿਆ ਚੰਗੀ ਤਰ੍ਹਾਂ ਹੋਣ ਇਹਦੇ ਵਿੱਚ ਅਸੀਂ 1 మీడియం ਸਾਈਜ਼ ਦਾ ਪਿਆਜ਼ ਚੌਪ ਕਰਕੇ ਐਡ ਕੀਤਾ ਹੈ ਪਿਆਜ਼ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾਣਾ ਹੈ ਉਸ ਤੋਂ ਬਾਅਦ ਸਪਾਈਸਿਸ ਐਡ ਕਰਾਂਗੇ 1 ਟੇਬਲस्पून ਹਲਦੀ 1 ਟੇਬਲस्पून ਲਾਲ ਮਿਰਚ ਇਹਦੇ ਵਿੱਚ ਅਸੀਂ ਐਡ ਕੀਤੀ ਹੈ 1 ਟੇਬਲस्पून ਜੋਸੀ ਆਪਣੇ ਸਵਾਦ ਅਨੁਸਾਰ ਵੀ ਐਡ ਕਰ ਸਕਦੇ ਹੋ 1 ਟੇਬਲस्पून ਡੇਗੀ ਮਿਰਚ ਇਹਦੇ ਵਿੱਚ ਅਸੀਂ ਐਡ ਕਰਤੀ ਹੈ ਤੇ ਹੁਣ ਅਸੀਂ ਸਾਰੀਆਂ ਸਪਾਈਸਿਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਔਰ 2 ਕੁ ਮਿੰਟ ਤੱਕ ਸਾਰੀਆਂ ਸਪਾਈਸਿਸ ਨੂੰ ਪਿਆਜ਼ ਦੇ ਨਾਲ ਭੁੰਨਾਂਗੇ ਜਿੰਨੀ ਦੇਰ ਤੱਕ ਹਲਦੀ ਦਾ ਕੱਚਾਪਨ ਦੂਰ ਨਹੀਂ ਹੋ ਜਾਂਦਾ ਤੁਰੀ ਦੇਰ ਤੱਕ ਅਸੀਂ ਉਹਨੂੰ ਪਿਆਜ਼ ਦੇ ਨਾਲ ਭੁੰਨਾਂ ਹੈ ਸਾਰੀਆਂ ਸਪਾਈਸਿਸ ਨੂੰ ਇਸ ਤਰੀਕੇ ਸੋ ਜਦੋਂ ਤੁਹਾਨੂੰ ਲੱਗੇ ਵੀ ਕੱਚਾਪਨ ਦੂਰ ਹੋ ਗਿਆ ਉਸ ਤੋਂ ਬਾਅਦ ਜਿਹੜੀ ਸਭ ਤੋਂ ਪਹਿਲਾਂ ਅਸੀਂ ਪੇਸਟ ਬਣਾ ਕੇ ਰੈਡੀ ਕੀਤੀ ਸੀ ਸਾਰੇ ਮਸਾਲਿਆਂ ਦੀ ਉਹਨੂੰ ਐਡ ਕਰਾਂਗੇ ਇਹਦੇ ਵਿੱਚ ਸਾਰੀ ਪੇਸਟ ਅਸੀਂ ਐਡ ਕਰ ਦੇਣੀ ਹੈ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ 2 ਕਮਿੰਟ ਤੱਕ ਇਹਨੂੰ ਅਸੀਂ ਇਹਦੇ ਨਾਲ ਕੰਟੀਨਿਊਸਲੀ ਸਟਰ ਕਰਕੇ ਪਕਾਵਾਂਗੇ ਜਦੋਂ ਫਰਸਟ ਪੇਸਟ ਦਾ ਕਲਰ ਚੰਗੀ ਤਰ੍ਹਾਂ ਚੇਂਜ ਹੋ ਜਾਏ ਉਸ ਤੋਂ ਬਾਅਦ ਅਸੀਂ ਜਿਹੜੀ ਟਮਾਟਰ ਔਰ ਮਿਰਚਾਂ ਔਰ ਬਦਾਮ ਦੀ ਪਿਓਰੀ ਬਣਾਈ ਹੈ ਉਹ 加 ਕਰਤੀ ਹੈ ਹੁਣ ਇਹਨੂੰ ਵੀ ਅਸੀਂ 3-4 ਮਿੰਟ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਸਾਡਾ ਸਾਰਾ ਮਸਾਲਾ ਆਇਲ ਨਹੀਂ ਛੱਡ ਦਿੰਦਾ ਆਇਲ ਆ ਜਾਏਗਾ ਉੱਪਰ ਇਟ ਮੀਨਸ ਕਿ ਸਾਡੀ ਗਰੇਵੀ ਬਿਲਕੁਲ ਵਧੀਆ ਤਰੀਕੇ ਪੱਕ ਚੁੱਕੀ ਹੈ ਹੁਣ ਇਹਦੇ ਵਿੱਚ ਅਸੀਂ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧੀ ਕੌਲੀ ਪਾਣੀ ਐਡ ਕਰਨਾ ਹੈ ਕਿਉਂਕਿ ਗਾੜੀ ਹੈਗੀ ਸਾਡੀ ਸਾਰੀ ਗਰੇਵੀ ਬਹੁਤ ਜ਼ਿਆਦਾ ਠਿੱਕੀ ਗਈ ਹੈ ਸੋ ਥੋੜਾ ਜਿਹਾ ਪਾਣੀ ਐਡ ਕਰਕੇ ਤੇ ਅਸੀਂ ਥੋੜਾ ਥੋੜਾ ਕਰਕੇ ਪਾਣੀ ਐਡ ਕਰਨਾ ਇੱਕੋ ਦਮ ਨਹੀਂ ਸਾਰਾ ਪਾਣੀ ਐਡ ਕਰ ਦੇਣਾ ਜਿੰਨੀ ਤੁਹਾਨੂੰ ਲੋੜ ਹੈ ਉਨਾ ਹੀ ਬਿਲਕੁਲ ਹੀ ਵਧੀਆ ਤਰੀਕੇ ਨਾਲ ਰੈਡੀ ਹੋ ਗਈ ਹੈ ਹੁਣ ਜਿਹੜਾ ਅਸੀਂ ਪਨੀਰ ਸਪਾਈਸਿਸ ਲਗਾ ਕੇ ਬਾਹਰ ਰੱਖਿਆ ਸੀ ਉਹਨੂੰ ਇਹਦੇ ਵਿੱਚ ਐਡ ਕਰ ਦਾਂਗੇ ਤੇ ਇੱਥੇ ਸਾਡਾ ਕੋਲਾਪੂਰੀ ਪਨੀਰ ਬਿਲਕੁਲ ਵਧੀਆ ਤਰੀਕੇ ਰੈਡੀ ਹੋ ਚੁੱਕਿਆ ਹੈ ਬਹੁਤ ਹੀ ਜ਼ਿਆਦਾ ਸਿੰਪਲ ਰੈਸਿਪੀ ਹੈ ਗਾਇਜ਼ ਬਣਾਉਣ ਵਿੱਚ ਇਹਨੂੰ ਮੈਕਸਿਮਮ 15 ਮਿੰਟਸ ਲੱਗਦੇ ਨੇ ਔਰ ਅਗਰ ਤੁਸੀਂ ਇਹਨੂੰ ਨਵੀਂ ਟਰਾਈ ਕੀਤਾ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਿਓ ਜਿਹਨੂੰ ਸਪਾਈਸੀ ਖਾਣਾ ਬਹੁਤ ਜ਼ਿਆਦਾ ਪਸੰਦ ਹੈ ਨਾ ਉਹਨੂੰ ਤੇ ਬਹੁਤ ਹੀ ਜ਼ਿਆਦਾ ਪਸੰਦ ਆਏਗਾ ਅਗਰ ਤੁਹਾਡੇ ਘਰ ਗੈਸਟ ਆ ਰਹੇ ਨੇ ਡਿਨਰ ਤੇ ਲੰਚ ਤੇ ਜਦੋਂ ਵੀ ਆ ਰਹੇ ਨੇ ਆਹ ਵਾਲਾ ਪਨੀਰ ਉਹ ਜੇ ਵੀ ਅੱਛੀ ਲੱਗੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਚ ਬਾਏ